ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮੇ ਸੁਣਵਾਈ ਥੀ ਸੁਣਵਾਈ ਕੇ ਦੌਰਾਨ ਕੀ ਹੁਆ ਇਸ ਸਮੇਂ ਮੇਰੇ ਸਾਥ ਹੈ ਹਾਈ ਕੋਰਟ ਕੇ ਐਡਵੋਕੇਟ ਮਹਿੰਦਰ ਸਿੰਘ ਜੋਸੀ ਇਨਸੇ ਜਾਨਤੇ ਹੈ ਜੀ ਜੋਸੀ ਜੀ ਹਾਂਜੀ ਅੱਜ ਡੇਰਾ ਨਾਲ ਰਿਲੇਟਡ ਜਿਹੜਾ ਬਾਬਾ ਗੁਰਮੀਤ RAM ਨੀ ਸਿੰਘ ਨੂੰ 25 8 2017 ਨੂੰ ਕਨਵਿਕਸ਼ਨ ਹੋਈ ਰੇਪ ਕੇਸ ਦੇ ਵਿੱਚ ਉਹਦੇ ਨਾਲ ਰਿਲੇਟਡ ਜਿਹੜੀ ਆਲਰੇਡੀ ਇੱਥੇ ਡੇਰਾ ਫਾਲੋਓਅਰ ਦੇ ਇਕੱਠ ਹੋਣ ਤੇ ਰਿਟ ਪਟੀਸ਼ਨ ਫਾਈਲ ਹੋਈ ਸੀ ਉਹਦੇ ਵਿੱਚ ਅੱਜ ਸੁਣਵਾਈ ਸੀ ਉਹਦੇ ਵਿੱਚ ਅੱਜ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆਫ ਹਰਿਆਣਾ ਨੇ ਆਪਣਾ ਸਟੇਟਸ ਰਿਪੋਰਟ ਆਪਣੀ ਇਨਵੈਸਟੀਗੇਸ਼ਨ ਦੀ ਸਬਮਿਟ ਕੀਤੀ ਸੀ ਜਿਦੇ ਵਿੱਚ ਉਹਨਾਂ ਨੇ ਦੱਸਿਆ ਵੀ ਹੁਣ ਤੱਕ ਅਸੀਂ ਟੋਟਲ 240 ਐਫ ਆਈ ਆਰਾਂ ਦਰਜ ਕੀਤੀਆਂ ਨੇ ਜਿਦੇ ਵਿੱਚੋਂ 1369 ਬੰਦੇ ਅਸੀਂ ਜਿਹੜੇ ਅਕਿਊਜ਼ ਨੇ ਉਹ ਜਾਂ ਡੇਰਾ ਫੋਲੋਅਰ ਨੇ ਉਹਨਾਂ ਨੂੰ ਅਰੈਸਟ ਕੀਤਾ 44 ਉਹਨਾਂ ਨੇ ਰਿਪੋਰਟ ਤਿਆਰ ਕਰਨ ਤੋਂ ਬਾਅਦ ਦੱਸਿਆ ਵੀ ਉਸ ਤੋਂ ਬਾਅਦ ਅਸੀਂ 40 ਬੰਦੇ ਹੋਰ ਅਰਸ਼ਟ ਕੀਤੇ ਨੇ ਤੇ ਹੁਣ ਤੱਕ ਕਰੀਬ 280 ਦੇ ਕਰੀਬ ਪਹੁੰਚ ਗਏ ਨੇ ਜੋਸੀ ਜੀ ਕੁਰਬਾਨੀ ਗੈਂਗ ਦਾ ਵੀ ਕੋਈ ਅਦਾਲਤ ਵਿੱਚ ਜ਼ਿਕਰ ਆਇਆ ਹੈ ਹਾਂ ਇਹ ਇਹ ਹਰਿਆਣਾ ਦੇ ਐਡਵੋਕੇਟ ਜਨਰਲ ਨੇ ਵੀ ਤੇ ਆਪਣਾ ਸਟੇਟਸ ਰਿਪੋਰਟ ਚ ਵੀ ਇਹ ਜ਼ਿਕਰ ਆਇਆ ਹੈ ਕਿ ਬਈ ਡੇਰੇ ਵੱਲੋਂ ਇੱਕ ਕੁਰਬਾਨੀ ਗੈਂਗ ਫਾਰਮ ਕੀਤਾ ਗਿਆ ਸੀ ਜਿਹਨੂੰ 1 ਕਰੋੜ 25 ਲੱਖ ਰੁਪਈਆ ਇਹ ਬੈਲੈਂਸ ਲਈ ਜਾਂ ਕੁਝ ਇਦਾਂ ਦੇ ਕ੍ਰਾਈਮ ਕਰਨ ਲਈ ਡਿਸਪਰਸ ਕੀਤਾ ਗਿਆ ਸੀ ਜਿਦੇ ਵਿੱਚੋਂ ਕੁਝ ਗੈਂਗ ਦੇ ਬੰਦੇ ਪਕੜੇ ਗਏ ਨੇ ਉਹਨਾਂ ਤੋਂ 52 ਲੱਖ ਰੁਪਈਆ ਬਰਾਮਦ ਹੋਇਆ ਜੋਸੀ ਜੀ ਜੋ ਕੋਰਟ ਕਮਿਸ਼ਨਰ ਨਿਯੁਕਤ ਕੀਤਾ ਗਿਆ تھا ਜਿਨ੍ਹਾਂ ਨੇ ਆਪਣੀ ਰਿਪੋਰਟਸ ਕੋਪੀ ਕੀਤੀ ਉਸ ਦੇ ਬਾਰੇ ਵਿੱਚ ਵੀ ਅਦਾਲਤ ਵਿੱਚ ਕੋਈ ਜ਼ਿਕਰ ਹੋਇਆ ਹੈ ਹਾਂ ਹਾਂ ਕੋਰਟ ਕਮਿਸ਼ਨਰ ਦੀ ਜੋ ਫਸਟ ਨੰਬਰ ਰਿਪੋਰਟ ਸੀ ਰਿਗਾਰਡਿੰਗ ਸੈਨੀਟਾਈਜੇਸ਼ਨ ਆਫ ਡੇਰਾ ਸੱਚਾ ਸੌਦਾ ਸਰਸਾ ਉਹਦੇ ਤੇ ਇਹ ਗੱਲ ਚੱਲੀ ਸੀ ਵੀ ਜਿਹੜਾ ਕੋਰਟ ਕਮਿਸ਼ਨਰ ਹੈ ਉਹਨਾਂ ਨੇ ਜਿਹੜੀਆਂ ਡਿਫਰੈਂਟ ਰਿਪੋਰਟਸ ਉਹਨਾਂ ਨੂੰ ਜਿਹੜੇ ਉੱਥੇ ਸਰਚ ਕਰਨ ਵਾਲੀਆਂ ਟੀਮਾਂ ਨੇ ਦਿੱਤੀਆਂ ਸੀਗੀਆਂ ਉਹਦੇ ਵਿੱਚ ਜਿਵੇਂ ਜ਼ਿਕਰ ਆਉਂਦਾ ਵੀ ਟਨਲ ਹੈਗੀ ਹੈ ਤੇ ਗੁਪਤ ਖਿੜਕੀ ਸਾਧਵੀਆਂ ਦੇ ਕਮਰੇ ਤੱਕ ਜਾਂਦੀ ਹੈ ਜਾਂ ਉਥੇ 85 ਜਿਹੜੀਆਂ ਹੈਗੀਆਂ ਨੇ ਹਾਰਡ ਡਰਾਈਵ ਨੂੰ ਡਿਸਟਰੋਏ ਕੀਤਾ ਗਿਆ ਹੈ ਜਾਂ ਜੋ ਵੀ ਡਿਫਰੈਂਟ ਕਾਫੀ ਲੰਬੀ ਚੌੜੀਆਂ ਰਿਪੋਰਟਸ ਡਿਫਰੈਂਟ ਟੀਮਜ਼ ਵੱਲੋਂ ਕੋਰਟ ਕਮਿਸ਼ਨ ਨੂੰ ਸਬਮਿਟ ਕੀਤੀਆਂ ਗਈ ਸੀ ਪਰ ਜਿਹੜੀ ਉਹਨਾਂ ਨੇ ਆਪ ਰਿਪੋਰਟ ਦਿੱਤੀ ਹੈ ਉਹਦੇ ਵਿੱਚ ਇਹ ਗੱਲ ਉੱਠੀ ਵੀ ਲੈਂਡ ਕੋਰਟ ਕਮਿਸ਼ਨ ਨੇ ਆਪਣਾ ਜੁਡੀਸ਼ੀਅਲ ਮਾਈਂਡ ਅਪਲਾਈ ਨਹੀਂ ਕੀਤਾ ਤੇ ਆਪਣਾ ਓਪੀਨੀਅਨ ਨਹੀਂ ਦਿੱਤਾ ਤੇ ਉਹ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਦਾ ਐਨਾਲਿਸਿਸ ਕਰਕੇ ਡਿਸਕਸ਼ਨ ਨਹੀਂ ਕੀਤੀ ਇਸ ਕਰਕੇ ਮਾਨਯੋਗ ਹਾਈ ਕੋਰਟ ਨੇ ਕੋਰਟ ਕਮਿਸ਼ਨਰ ਨੂੰ ਸਪਲੀਮੈਂਟਰੀ ਰਿਪੋਰਟ ਦੇਣ ਲਈ ਕਿਹਾ ਹੈ ਜੋਸੀ ਜੀ ਅਬ ਇਸ ਮਾਮਲੇ ਦੀ ਸੁਣਵਾਈ ਕਦ ਹੋਗੀ ਇਸ ਮਾਮਲੇ ਦੀ ਅਗਲੀ ਸੁਣਵਾਈ 17 ਜਨਵਰੀ ਤੈ ਹੋਈ ਹੈ ਜਿਹਦੇ ਵਿੱਚ 3 ਲੀਗਲ ਇਸ਼ੂ ਕੋਰਟ ਨੇ ਆਲਰੇਡੀ 29/8/2017 ਨੂੰ ਫਰੇਮ ਕੀਤੇ ਸੀਗੇ ਜਿਹਦੇ ਵਿੱਚ ਹਾਈ ਕੋਰਟ ਦੀ ਜੂਡਿਕਸ਼ਨ ਰਿਗਾਰਡਿੰਗ ਕੰਪਨਸੇਸ਼ਨ ਗ੍ਰਾਂਟ ਕਰਨ ਬਾਰੇ ਜਾਂ ਜਿਹੜੇ ਬੰਦੇ ਐਜੀਟੇਸ਼ਨ ਸ਼ਾਮਲ ਹੁੰਦੇ ਨੇ ਜਾਂ ਕੋਈ ਗਰੁੱਪ ਆਫ ਰਿਲੀਜੀਅਸ ਗਰੁੱਪ ਜਾਂ ਪੋਲਿਟਿਕਲ ਪਾਰਟੀ ਜੋ ਵੀ ਦੰਗਾ ਫਸਾਦ ਕਰਦੀ ਹੈ ਤਾਂ ਲਾਇਬਿਲਟੀ ਕਿਦੀ ਤੈ ਹੋਵੇ ਇਦਾਂ ਦੇ ਉਹ 3 ਇਸ਼ੂਜ਼ ਨੇ ਜਿਨ੍ਹਾਂ ਤੇ ਕੋਰਟ ਨੇ 17 ਤਰੀਕ ਨੂੰ ਉਹ ਫੈਸਲਾ ਦੇਣਾ ਜੋ ਸੀ ਜੀ ਇਸਕੇ ਇਸਕੇ علاوہ ਵੀ ਅਦਾਲਤ ਮੇਂ ਹੋਰ ਕੋਈ ਈਸ਼ੂ ਠੇ ਹੈ ਗਿਆ ਹਾਂ ਹਾਂ ਲਾਸਟ ਚ ਜੋ ਸ਼ਾਮਸਤਾਨਾ ਜੀ ਦੇ ਡੇਰਾ ਸੱਚਾ ਸੌਦਾ ਦੇ ਜੋ ਬਾਨੀ ਤੇ ਸੰਤ ਸ਼ਾਮਸਤਾਨਾ ਜੀ ਉਹਨਾਂ ਦੇ ਜਿਹੜੇ ਫੋਲੋਅਰ ਤੇ ਉਸ ਸਮੇਂ ਦੇ ਸਾਧੂਾਨਾ ਜੋ ਐਪਲੀਕੇਸ਼ਨ ਪਾਈ ਸੀ ਵੀ ਉਹ 17 ਡੇਰੇ ਜੋ ਸ਼ਾਮਸਤਾਨਾ ਜੀ ਨੇ ਬਣਾਏ ਨੇ ਉਹ ਅਟੈਚ ਨਾ ਕੀਤੇ ਜਾਣ ਤੇ ਉਹਨਾਂ ਨੂੰ ਜਿਹੜਾ ਹੈ ਡੇਰੇ ਦੇ ਵਿੱਚ ਲਗਾਤਾਰ ਵਿਜਿਟ ਕਰਕੇ ਆਪਣਾ ਵਰਸ਼ਿਪ ਦਾ ਹੱਕ ਮਿਲਣਾ ਚਾਹੀਦਾ ਉਸ ਐਪਲੀਕੇਸ਼ਨ ਤੇ ਗੱਲ ਚੱਲੀ ਤਾਂ ਕੋਰਟ ਕਮਿਸ਼ਨਰ ਦੀ ਜੋ ਰਿਪੋਰਟ ਹੈ ਉਦੇ ਉੱਤੇ ਵੀ ਅਸੀਂ ਨੇ ਕਿਹਾ ਵੀ ਅਸੀਂ ਕੁਝ ਡਾਕੂਮੈਂਟ ਹੋਰ ਪਲੇਸ ਔਨ ਰਿਕਾਰਡ ਕਰਦੇ ਨੇ ਕਿਉਂਕਿ ਜਿਹੜਾ ਕੋਰਟ ਕਮਿਸ਼ਨਰ ਨੇ ਰਿਪੋਰਟ ਦਿੱਤੀ ਹੈ ਉਹ ਜਿਹੜਾ ਉਹਨਾਂ ਨੂੰ ਸਰਕਾਰੀ ਮੁਲਾਜ਼ਮਾਂ ਨੇ ਰੈਵਨਿਊ ਰਿਕਾਰਡ ਦੇ ਆਧਾਰ ਤੇ ਜੋ ਕੁਝ ਉਹਨਾਂ ਨੂੰ ਦਿੱਤਾ ਉਹ ਸਹਾਰ ਤੇ ਉਹਨਾਂ ਨੇ ਉਹ ਮੈਂਸ਼ਨ ਕਰਤਾ ਇਹ ਜਿਹੜੇ 17 ਦੇ 17 ਡੇਰੇ ਅਸੀਂ ਇਹ ਸਟੈਬਲਿਸ਼ ਕਰਨਾ ਚਾਹੁੰਦੇ ਹਾਂ ਦਸਤ ਉਹਨਾਂ ਨੇ ਮੰਨੇ ਆ ਵੀ 1960 ਤੋਂ ਪਹਿਲਾਂ ਦੇ ਬਣੇ ਹੋਏ ਨੇ ਪਰ ਛੇੜੇ ਰਹਿਣ ਵਾਸਤੇ ਉਹਨਾਂ ਨੇ ਉਹ ਅਸੀਂ ਇੱਕ ਡਾਕੂਮੈਂਟ ਪਲੇਸ ਔਨ ਰਿਕਾਰਡ ਕਰਨ ਲਈ ਸਮਾਂ ਮੰਗਿਆ ਵੀ ਅਸੀਂ ਇਸ ਨੂੰ ਸਾਬਤ ਕਰਾਂਗੇ ਵੀ ਇਹ ਦੇਦੇ ਜਿਹੜੇ ਸੰਸ਼ਮਸ਼ਤਾਨਾ ਜੀ ਦੇ ਸਮੇਂ ਤੋਂ ਬਣੇ ਹੋਏ ਨੇ ਜੇਠੇ ਮੇਰੇ ਸਾਥ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕੇ ਐਡਵੋਕੇਟ ਮਹਿੰਦਰ ਸਿੰਘ ਜੋਸੀ ਇਹਨਾਂ ਨੇ ਕਹਾ ਹੈ ਕਿ ਆ ਡੇਰਾ ਪਰਕੰਗ ਮਾਮਲੇ ਮੇ ਹਾਈ ਕੋਰਟ ਮੇ ਸੁਣਵਾਈ ਹੋਈ ਹੈ ਸੁਣਵਾਈ ਕੇ ਦੌਰਾਨ ਹਰਿਆਣਾ ਕੇ ਐਡਵੋਕੇਟ ਜਨਰਲ ਨੇ ਕੁਰਬਾਨੀ ਗੈਂਗ ਕੇ ਲਈ ਵੀ ਮਾਨਾ ਹੈ इसके साथ साथ इन्होंने ये भी कहा है कि आज हाई कोर्ट ने कोर्ट कमिश्नर को निर्देश दिए हैं कि वो सप्लीमेंट रिपोर्ट अदालत में पेश करें कैमरामैन संजय के साथ अनिल कुमार टोटल न्यूज चंडीगढ़